ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਜੀ ਸਵਾਰੀਆਂ ਨਾਲ ਪਰਿਵਾਰਾਂ ਨਾਲ ਵਾਪਰਿਆ ਭਿਆਨਕ ਹਾਦਸਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਇੱਕ ਅਜਿਹਾ ਭਿਆਨਕ ਹਾਸਾ ਵਾਪਰਿਆ ਜਿਸ ਨੇ ਹਰ ਇੱਕ ਰੂਹ ਕੰਬਾ ਦਿੱਤੀ ਇੱਕ ਦੀ ਜਾਨ ਲੈ ਲਈ ਅਤੇ ਕਈਆਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਹਾਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲੇ ਦੇ ਪੈਰਾਂ ਤੋਂ ਜ਼ਮੀਨ ਕਿ ਸਿੱਗ ਗਈ ਰਾਹਗੀਰ ਹਾਸੇ ਦੀਆਂ ਤਸਵੀਰਾਂ ਵੇਖ ਕੇ ਕਾਫੀ ਡਰ ਗਏ ਹਸਨ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਦੇਖਦੇ ਹੀ ਦੇਖਦੇ ਲੋਕਾਂ ਦੀ ਪੀੜ ਉਹ ਤੇ ਇਕੱਠੀ ਹੋਣੀ ਸ਼ੁਰੂ ਹੋ ਗਈ ਪੁਲਿਸ ਨੇ ਜਲਦ ਤੋਂ ਜਲਦ ਆਪਣੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹਾਸਾ ਭਿਆਨਕ ਹੋਣ ਦੀ ਵਜ੍ਹਾ ਨਾਲ ਬਾਕੀ ਜ਼ਖਮੀ ਲੋਕਾਂ ਨੂੰ ਜਲਦ ਹਸਪਤਾਲ ਪਹੁੰਚਾਇਆ ਗਿਆ ਦੱਸਣਾ ਬੰਦਾ ਹੈ ਕਿ ਟਾਂਗਰਾ ਤੋਂ ਥੋੜੀ ਦੂਰ ਚੋਹਾਨ ਨੇੜੇ ਇਹ ਸਾਰਾ ਹਾਸਾ ਵਾਪਰਿਆ ਬੇਦ ਭਿਆਨਖਾਸੇ ਦੇ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਬਹੁਤ ਸਾਰੇ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਸ ਔਰਤ ਦੀ ਮੌਤ ਹੋਈ ਉਸ ਨੂੰ ਵੀ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਜਾਣਾ ਸੀ ਉਸ ਨੂੰ ਭਰਤੀ ਵੀ ਕਰਵਾ ਦਿੱਤਾ ਸੀ ਅਤੇ ਆਟੋਯੂਜ਼ ਦੀ ਮੌਤ ਹੋਈ ਇਹ ਸਾਰਾ ਹਾ사 ਬੱਸ ਦਾ ਟਾਇਰ ਫਟਣ ਕਾਰਨ ਹੋਈ ਬੱਸ ਦਾ ਟਾਇਰ ਫਟ ਗਿਆ ਅਤੇ ਬੱਸ ਦੂਜੀ ਸੜਕ ਤੇ ਜਾ ਡਿੱਗੀ ਹਾਸੇਜ ਸੜਕ ਦੀਆਂ ਗਲੀਆਂ ਬੱਸ ਦੇ ਅੰਦਰ ਜਾ ਵੜੀਆਂ ਜਿਸ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਚ ਪੁਲਿਸ ਵੱਲੋਂ ਪਹਤੀ ਕਰਵਾ ਦਿੱਤਾ ਗਿਆ ਸੀ ਫਿਲਹਾਲ ਜਿੱਥੇ ਬਾਕੀ ਮੁਸਾਫਰਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਸੀ ਉੱਥੇ ਹੀ ਮ੍ਰਿਤਕ ਉਹ ਦੇ ਘਰਦਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਪੰਜਾਬ ਦੀਆਂ ਸੜਕਾਂ ਤੇ ਆਏ ਦਿਨ ਅਜਿਹੇ ਹਾਸੇ ਵਾਪਰਦੇ ਨੇ ਜੋ ਕਈਆਂ ਦੇ ਘਰ ਉਜਾੜ ਦਿੰਦੇ ਨੇ ਕਈ ਹਾਸੇ ਸਾਡੀ ਲਾਪਰਵਾਹੀ ਕਰਨ ਵਾਪਰਦੇ ਨੇ ਤੇ ਕਈ ਕੁਦਰਤੀ ਪਰ ਜ਼ਿਆਦਾਤਰ ਹਾਸੇ ਲਾਪਰਵਾਹੀ ਕਰਕੇ ਵਾਪਰਦੇ ਨੇ ਜੋ ਬੇहद ਭਿਆਨਕ ਹੁੰਦੇ ਨੇ ਅਤੇ ਕਈਆਂ ਦੇ ਘਰ ਬਰਬਾਦ ਕਰ ਦਿੰਦੇ ਨੇ ਇਨ੍ਹਾਂ ਘਟਨਾਵਾਂ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਅਸੀਂ ਸਾਰੇ ਵਾਹਨ ਕਾਨੂੰਨ ਜੋ ਬਣਾਏ ਗਏ ਨੇ ਉਹਨਾਂ ਦੀ ਪਾਲਣਾ ਕਰੀਏ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ